ਬਠਿੰਡਾ ਵਿਖੇ ਚੱਲ ਰਹੇ ਨਾਟਕ ਮੇਲੇ ਦੇ ਆਖਰੀ ਦਿਨ ਬਠਿੰਡਾ ਦੇ ਡਿਪਟੀ ਕਮਿਸ਼ਨਰ ਵੱਲੋਂ ਕੀਤੀ ਸ਼ਿਰਕਤ ਅਤੇ ਆਈਆਂ ਹੋਈਆਂ ਟੀਮਾਂ ਨੂੰ ਕੀਤਾ ਸਨਮਾਨਿਤ। ਇਸ ਮੌਕੇ ਬਠਿੰਡਾ ਦੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਬੋਲਦਿਆਂ ਕਿਹਾ ਕਿ ਇਸ ਨਾਟਕ ਮੇਲੇ ਦੇ ਵਿੱਚ ਲੋਕਾਂ ਨੂੰ ਚੰਗੀ ਸੇਧ ਮਿਲੀ ਹੈ, ਜਿੱਥੇ ਲੋਕਾਂ ਨੂੰ ਕਿਸਾਨੀ ਮੁੱਦਿਆਂ 'ਤੇ ਜਾਂ ਚਾਈਲਡ ਲੇਬਰ ਦੇ ਉੱਤੇ ਇੱਥੇ ਕਾਫੀ ਕੁਝ ਸਿੱਖਣ ਨੂੰ ਮਿਲਿਆ ਹੈ। ਉੱਥੇ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਸ ਤਰ੍ਹਾਂ ਦੇ ਨਾਟਕ ਮੇਲਿਆਂ ਦੇ ਵਿੱਚ ਵੱਧ ਤੋਂ ਵੱਧ ਸ਼ਿਰਕਤ ਕਰਿਆ ਕਰਨ ਜਾਂ ਤਾਂ ਜੋ ਸਾਨੂੰ ਚੰਗੀ ਸੇਧ ਮਿਲ ਸਕੇ। ਉਹਨਾਂ ਕਿਹਾ ਕਿ ਬਠਿੰਡਾ ਜ਼ਿਲ੍ਹਾ ਇੱਕ ਇਹੋ ਜਿਹਾ ਜ਼ਿਲ੍ਹਾ ਜਿੱਥੇ ਸਭ ਤੋਂ ਵੱਧ ਫੈਸਟੀਵਲ ਹੋ ਰਹੇ ਹਨ, ਅਤੇ ਉਹਨਾਂ ਕਿਹਾ ਕਿ ਜੋ ਆਡੀਟੋਰੀਅਮ ਬਣ ਰਿਹਾ ਹੈ ਉਹ 2023 ਦੇ ਵਿੱਚ ਤਿਆਰ ਹੋ ਜਾਵੇਗਾ ਅਤੇ ਅਗਲੇ ਨਾਟਕ ਮੇਲੇ ਉੱਥੇ ਕਰਵਾਏ ਜਾਣਗੇ। ਤੁਸੀਂ ਦੇਖ ਰਹੇ ਹੋ ਤਸਵੀਰਾਂ ਬਠਿੰਡਾ ਦੇ ਡੱਬਲੀ ਰੋਡ 'ਤੇ ਕਰਵਾਏ ਗਏ ਨਾਟਕ ਮੇਲੇ ਦੇ ਵਿੱਚ ਬਠਿੰਡਾ ਦੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਵੱਲੋਂ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਗਈ ਹੈ ਅਤੇ ਖਚਾ ਖਚ ਭਰਿਆ ਆਡੀਟੋਰੀਅਮ ਨੂੰ ਦੇਖ ਕੇ ਜਿੱਥੇ ਬਠਿੰਡਾ ਦੇ ਡਿਪਟੀ ਕਮਿਸ਼ਨਰ ਖੁਸ਼ ਹੋਏ। ਉਹਨਾਂ ਨੇ ਸਟੇਜ ਤੋਂ ਬੋਲਦਿਆਂ ਇਹ ਗੱਲ ਕਹੀ ਸੀ ਕਿ ਸ਼ਾਇਦ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਕੋਈ ਇੱਥੇ ਬਜ਼ੁਰਗ ਦੇਖਣ ਆਉਣਗੇ, ਲੇਕਿਨ ਜੋ ਯੂਥ ਜੁੜਿਆ ਉਹਨਾਂ ਨੂੰ ਦੇਖ ਕੇ ਉਹਨਾਂ ਨੂੰ ਬਹੁਤ ਖੁਸ਼ੀ ਹੋਈ ਹੈ। ਨਾਟਕ ਜਿਹੜੇ ਚੱਲਿਆ ਸੀ 15 ਅਕਤੂਬਰ ਤੱਕ ਅੱਜ ਲਾਸਟ ਡੇਟ ਜੀ। ਜਿਵੇਂ ਤੁਸੀਂ ਜਾਣਦੇ ਹੋ ਕਿ ਇਹ ਬਠਿੰਡੇ ਵਿੱਚ ਇਸ ਵਾਰ ਜਿਹੜਾ ਹੈਗਾ ਥੀਏਟਰ ਫੈਸਟੀਵਲ ਚੱਲ ਰਿਹਾ ਸੀਗਾ, 15 ਦਿਨਾਂ ਤੋਂ ਚੱਲ ਰਿਹਾ ਸੀਗਾ, ਅਤੇ ਬਠਿੰਡਾ ਦੇ ਲੋਕਾਂ ਨੇ ਵੱਧ ਚੜ੍ਹ ਕੇ ਇਹਦੇ ਵਿੱਚ ਹਿੱਸਾ ਲਿਆ। ਅੱਜ ਵੀ ਤੁਸੀਂ ਦੇਖ ਰਹੇ ਹੋ ਕਿ ਬਿਲਕੁਲ ਲਾਹੌਲ ਜਿਹੜਾ ਹੈਗਾ ਵਧੀਆ ਵੀ ਸੀਗਾ, ਲੋਕ ਖੜ੍ਹੇ ਵੀ ਸੀਗੇ, ਸਾਰਾ ਆਨੰਦ ਮਾਣ ਰਹੇ ਸੀ। ਅਤੇ ਜਿੰਨੇ ਵੀ ਆਰਟਿਸਟ ਆਏ ਨੇ ਬਹੁਤ ਹੀ ਚੰਗੀ ਤਰੀਕੇ ਨਾਲ ਸਮਾਜ ਦੇ ਡਿਫਰੈਂਟ ਪਹਿਲੂ ਜਿਹੜੇ ਹੈਗੇ ਆ ਉਹਨੂੰ ਉਜਾਗਰ ਕਰਨ ਦੀ ਕੋਸ਼ਿਸ਼ ਕੀਤੀ ਇਹਨਾਂ ਨੇ। ਇੱਕ ਮੈਸੇਜ ਵੀ ਦੇਣਾ ਚਾਹੀਦਾ ਕਿ ਕਿਤੇ ਸਾਰੇ ਸਮਾਜ ਵਿੱਚ ਚਾਹੇ ਉਹ ਚਾਈਲਡ ਲੇਬਰ ਹੋਵੇ, ਚਾਹੇ ਉਹ ਫਿਰ ਕਿਸਾਨਾਂ ਦੀ ਖੁਦਕੁਸ਼ੀ ਦਾ ਇਸ਼ੂ ਹੋਏ, ਚਾਹੇ ਫਿਰ ਗਲੋਬਲਾਈਜੇਸ਼ਨ ਦੇ ਜਿਹੜੇ ਨੈਗੇਟਿਵ ਇੰਪੈਕਟਸ ਹੈ ਉਹਦਾ ਹੋਵੇ, ਅਤੇ ਨਾਲ ਹੀ ਬੜਾ ਇੰਪੋਰਟੈਂਟ ਹੈਗਾ ਕਿ ਪਬਲਿਕ ਉਸ ਮੈਸੇਜ ਨੂੰ ਕਿਸ ਤਰੀਕੇ ਨਾਲ ਲੈਂਦੀ ਹੈ ਉਹ ਵੀ ਬੜਾ ਇੰਪੋਰਟੈਂਟ ਹੁੰਦਾ। ਅਤੇ ਬਹੁਤ ਵਧੀਆ ਤਰੀਕੇ ਨਾਲ ਇਹਨਾਂ ਨੇ ਇਹ ਪ੍ਰੈਜੈਂਟ ਕੀਤਾ, ਅਤੇ ਪਬਲਿਕ ਨੇ ਵੀ ਮੈਂ ਸਮਝਦਾ ਕਿ ਉਹ ਬਹੁਤ ਪੋਜੀਟਿਵ ਤਰੀਕੇ ਨਾਲ ਉਹਨੂੰ ਉਸ ਮੈਸੇਜ ਨੂੰ ਕੈਪਚਰ ਕੀਤਾ। ਇਹ ਤਾਂ ਆ ਜਾਏਗਾ, ਇਸ ਤੋਂ ਪਹਿਲਾਂ ਵੀ ਇਹਨਾਂ ਨੇ ਬਹੁਤ ਅੱਛੇ ਅੱਛੇ ਚੰਗੇ ਚੰਗੇ ਪ੍ਰੋਗਰਾਮ ਕੀਤੇ ਹੋਏ ਹੈ, ਅਤੇ ਸਮਾਜ ਵਿੱਚ ਇੱਕ ਚੰਗਾ ਮੈਸੇਜ ਵੀ ਦੇ ਰਹੀ। ਯੂਥ ਜਿਹੜਾ ਹੈਗਾ ਉਹ ਇਹਦੇ ਨਾਲ ਬਿਲਕੁਲ ਵਧੀਆ ਤਰੀਕੇ ਨਾਲ ਜੁੜ ਰਿਹਾ ਹੈ, ਤਾਂ ਇੱਕ ਅੱਛੀ ਪਹਿਲ ਹੈਗੀ ਹੈ, ਅਤੇ ਮੈਂ ਇਹਨਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ। ਮੈਂ ਉਮੀਦ ਕਰਦਾ ਕਿ ਇਸੇ ਤਰੀਕੇ ਨਾਲ ਜਿਹੜੇ ਇਹ ਪ੍ਰੋਗਰਾਮ ਜਿਹੜਾ ਇਸ ਤਰ੍ਹਾਂ ਦੇ ਫੈਸਟੀਵਲ ਹੋਰ ਵੀ ਕਰਵਾਏ ਜਾਣਗੇ, ਜਿਸ ਤਰ੍ਹਾਂ ਤੁਸੀਂ ਵੇਖ ਹੀ ਰਹੇ ਹੋ ਕਿ ਪਿਛਲੇ 1 ਮਹੀਨੇ ਤੋਂ ਮੈਨੂੰ ਲੱਗਦਾ ਕਿ ਬਸ ਫੈਸਟੀਵਲਸ ਹੋ ਰਹੇ ਹਾਂ ਆਪਾਂ ਇੱਥੇ ਬਠਿੰਡੇ ਵਿੱਚ। ਮੈਂ ਤਾਂ ਸਮਝਦਾ ਕਿ ਇਸ ਤੋਂ ਜ਼ਿਆਦਾ ਕਿਸੇ ਹੋਰ ਜ਼ਿਲ੍ਹੇ ਵਿੱਚ ਇਸ ਤਰੀਕੇ ਦੀ ਜਿਹੜੀ ਪਹਿਲ ਹੈ ਉਹ ਨਹੀਂ ਹੋ ਰਹੀ, ਬਹੁਤ ਸਾਰੇ ਪ੍ਰੋਗਰਾਮਸ ਹੋ ਰਹੇ। ਇਨਫੈਕਟ ਡੇਲੀ ਬੇਸਿਸ 'ਤੇ ਮੈਂ ਇੱਕ ਪ੍ਰੋਗਰਾਮ ਆਲਮੋਸਟ ਅਟੈਂਡ ਕਰਦਾ ਇਸ ਤਰੀਕੇ ਨਾਲ, ਚਾਹੇ ਉਹ ਰੂਟੀਨ ਆਰਟ ਰਿਲੇਟਡ ਹੋ, ਚਾਹੇ ਉਹ ਸਿੰਗਿੰਗ ਦੇ ਹੋਣਗੇ, ਜਾਂ ਫਿਰ ਜਿਹੜੇ ਗੇਮਸ ਹੋ, ਚਾਹੇ ਫਿਰ ਜੋ ਬਾਕੀ ਆਪਣੇ ਥੀਏਟਰ ਦੇ ਰਿਲੇਟਡ ਹੋਣ, ਹਰ ਤਰ੍ਹਾਂ ਦੇ ਪ੍ਰੋਗਰਾਮ ਹੋ ਰਹੇ ਹੈ। ਬੇਸਿਕਲੀ ਮਕਸਦ ਇਹ ਹੈਗਾ ਕਿ ਯੂਥ ਦੀ ਜਿਹੜੀ ਐਨਰਜੀ ਹੈ ਉਹਨੂੰ ਪੋਜ਼ੀਟਿਵ ਡਾਇਰੈਕਸ਼ਨ ਵਿੱਚ ਲੈ ਜਾਇਆ ਜਾਏ। ਸਾਡੇ ਕੋਲ ਯੂਥ ਜਿਹੜਾ ਹੈਗਾ ਬਹੁਤ ਟੈਲੈਂਟਿਡ ਯੂਥ ਹੈ, ਅਤੇ ਜੇ ਉਹਨਾਂ ਨੂੰ ਸਹੀ ਰਸਤਾ ਮਿਲ ਜਾਂਦਾ ਹੈ ਤਾਂ ਉਹ ਗਲਤ ਰਸਤੇ 'ਤੇ ਨਹੀਂ ਪੜਨਗੇ, ਇੱਕ ਤਾਂ ਆਪਣਾ ਵੀ ਅੱਗੇ ਵਧੀਆ ਤਰੀਕੇ ਨਾਲ ਵੱਧ ਪਾਵਾਂਗੇ, ਅਤੇ ਨਾਲ ਹੀ ਪੰਜਾਬ ਨੂੰ ਵੀ, ਦੇਸ਼ ਨੂੰ ਵੀ ਅੱਗੇ ਲੈ ਕੇ ਜਾਵਾਂਗੇ। ਅਤੇ ਇੱਕ ਅੱਛੀ ਪਹਿਲ ਹੈਗੀ ਹੈ, ਮੈਂ ਤਾਂ ਮਤਲਬ ਸਰਕਾਰ ਤਾਂ ਆਪਣੀ ਤਰਫ ਕਰ ਹੀ ਰਹੀ ਹੈ, ਬਟ ਮੈਂ ਵੇਖ ਰਿਹਾ ਕਿ ਪਬਲਿਕ ਜਿਹੜਾ ਹੈਗਾ ਉਹ ਵੀ ਇੱਥੇ ਬਠਿੰਡੇ ਦੀ ਵੀ ਪਬਲਿਕ ਵੀ, ਇਨਫੈਕਟ ਬਾਕੀ ਜ਼ਿਲ੍ਹਿਆਂ ਦੀ ਵੀ ਪਬਲਿਕ ਜਿਹੜੀ ਹੈਗੀ ਹੈ ਉਹ ਵੀ ਅੱਗੇ ਵੱਧ ਚੜ ਕੇ ਆ ਰਹੀ ਹੈ ਕਿ ਯੂਥ ਨੂੰ ਇੰਗੇਜ ਕਰੀਏ ਆਪਾਂ। ਅਤੇ ਮੈਂ ਸਮਝਦਾ ਕਿ ਇਸੇ ਤਰੀਕੇ ਨਾਲ ਪ੍ਰੋਗਰਾਮ ਸਪੋਰਟ ਜ਼ਰੂਰ ਹੁੰਦੇ ਰਹੇਗੇ, ਅਤੇ ਆਪਾਂ ਸਰਕਾਰ ਦੀ ਤਰਫੋਂ ਵੀ, ਅਤੇ ਜਿੰਨੇ ਵੀ ਹੋਰ ਪ੍ਰਾਈਵੇਟ ਵਿਅਕਤੀ ਹੈ ਜਿਨ੍ਹਾਂ ਨੂੰ ਸਾਡੀ ਕਿਸੇ ਵੀ ਤਰੀਕੇ ਦੀ ਸਹਿਯੋਗ ਦੀ ਲੋੜ ਹੈਗੀ ਹੈ, ਉਹ ਸਾਡੇ ਕੋਲ ਆਉਣ, ਆਪਾਂ ਜ਼ਰੂਰ ਉਹਨਾਂ ਨੂੰ। ਥੀਏਟਰ ਕਿੰਨੇ ਚਿਰ ਹੋ ਜੂ ਤਿਆਰ, ਜਿਹੜਾ ਬਣ ਰਿਹਾ ਥੀਏਟਰ, ਜਿਹੜਾ ਬਣ ਰਿਹਾ ਓਪਰੇਟ ਥੀਏਟਰ, ਉਹ ਕਿੰਨੇ ਚਿਰ ਤਿਆਰ ਹੋ ਜੂ? ਜਿਹੜਾ ਆਡੀਟੋਰੀਅਮ ਬਣ ਰਿਹਾ ਉਹ ਬੇਸਿਕਲੀ ਉਹਦਾ ਆਪਾਂ 2023 ਵਿੱਚ ਕੰਪਲੀਟ ਕਰਨ ਦਾ ਹੈਗਾ, ਤਾਂ ਮੈਂ ਉਹਦਾ ਫੋਲੋ ਵੀ ਕੀਤਾ ਸੀ ਕੁਝ 2-4 ਦਿਨ ਪਹਿਲਾਂ, ਉਹਦੀ ਮੀਟਿੰਗ ਵੀ ਕੀਤੀ ਸੀ। ਆਪਾਂ ਕੋਸ਼ਿਸ਼ ਕਰ ਰਹੇ ਹਾਂ, ਬੇਸਿਕਲੀ ਹਜੇ ਥੋੜ੍ਹਾ ਜਿਹਾ ਇਸ਼ੂ ਸੀਗਾ ਕੰਸਟਰਕਸ਼ਨ ਵਿੱਚ, ਤੁਹਾਨੂੰ ਵੀ ਪਤਾ ਹੈਗਾ ਕਿ ਸਾਰੀ ਹੀ ਲੈਵਲਸ 'ਤੇ ਜਿਹੜਾ ਹੈਗਾ ਉਹ ਮਟੀਰੀਅਲ ਦੀ ਕੰਟਰੈਕਟਰਸ ਦੀ ਤਰਫੋਂ ਥੋੜ੍ਹੀ ਸੀ ਇਸ਼ੂਜ਼ ਆ ਰਹੇ ਸੀ ਕਿ ਉਹ ਆਹਿਸਤਾ ਆਹਿਸਤਾ ਸੋਰਟ ਆਊਟ ਹੋ ਰਹੇ ਨੇ, ਤਾਂ ਮੈਂ ਸਮਝਦਾ ਕਿ 2023 ਵਿੱਚ ਉਹਨੂੰ ਆਪਾਂ ਇਨੋਗਰੇਟ ਕਰਾਂਗੇ।